मैं तुहानूं की दसां जी, पहली मुलाकात सी साडी इंडियन सिख कम्यूनिटी दे लीडर मिले और इदां सानूं मिल के गए सर जिद्दां कि परिवारक मैंबर सी। जो लोग कहिंदे आ ਉਹ ਬਿਲਕੁਲ ਗਲਤ ਹੈ। ਅਸੀਂ ਜੋ ਦੇਖਿਆ ਇੱਕ ਪਰਿਵਾਰ ਦੇ ਮੈਂਬਰਾਂ ਵਾਂਗੂ ਸਾਡੇ ਪਰਿਵਾਰ ਦੇ ਜੀਆਂ ਦਾ, ਇਟਲੀ ਦੀ ਸਿੱਖ ਕਮਿਊਨਿਟੀ ਬਾਰੇ ਇਕੱਲੇ ਇਕੱਲੇ ਉਹਨਾਂ ਨੇ ਪ੍ਰੋਵਿੰਚੇ ਬਾਰੇ ਪੁੱਛਿਆ ਕਿਸ ਤਰ੍ਹਾਂ ਸਿੱਖ ਕਮਿਊਨਿਟੀ ਰਹਿ ਰਹੀ ਹੈ, ਕਿੰਨੀ ਕਮਿਊਨਿਟੀ ਹੈ ਇੱਥੇ। ਔਰ ਸਾਨੂੰ ਉਹਨਾਂ ਭਰੋਸਾ ਵੀ ਦਿੱਤਾ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਦੱਸੋ। ਤਾਂ ਅਸੀਂ ਆਪਣੀਆਂ ਕੁਝ ਵਿਚਾਰਾਂ ਦੱਸੀਆਂ ਔਰ ਬੜੇ ਖੁਸ਼ ਸੀ। ਅਸੀਂ ਚਾਹੁੰਦੇ ਹਾਂ ਅੱਗੇ ਤੋਂ ਵੀ ਆਉਂਦੇ ਜਾਂਦੇ ਰਹਿਣ। ਨਰਿੰਦਰ ਮੋਦੀ ਜੀ ਜਿੰਦਾਬਾਦ। ਮੈਂ ਤੁਹਾਨੂੰ ਕੀ ਦੱਸਾਂ ਜੀ, ਪਹਿਲੀ ਮੁਲਾਕਾਤ ਸੀ ਸਾਡੀ ਇੰਡੀਅਨ ਸਿੱਖ ਕਮਿਊਨਿਟੀ ਦੇ ਲੀਡਰ ਮਿਲੇ ਔਰ ਇੱਦਾਂ ਸਾਨੂੰ ਮਿਲ ਕੇ ਗਏ ਸਰ ਜਿੱਦਾਂ ਕਿ ਪਰਿਵਾਰਕ ਮੈਂਬਰ ਸੀ। ਜੋ ਲੋਕ ਕਹਿੰਦੇ ਆ ਉਹ ਬਿਲਕੁਲ ਗਲਤ ਹੈ। ਅਸੀਂ ਜੋ ਦੇਖਿਆ ਇੱਕ ਪਰਿਵਾਰ ਦੇ ਮੈਂਬਰਾਂ ਵਾਂਗੂ ਸਾਡੇ ਪਰਿਵਾਰ ਦੇ ਜੀਆਂ ਦਾ, ਇਟਲੀ ਦੀ ਸਿੱਖ ਕਮਿਊਨਿਟੀ ਬਾਰੇ ਇਕੱਲੇ ਇਕੱਲੇ ਉਹਨਾਂ ਨੇ ਪ੍ਰੋਵਿੰਚੇ ਬਾਰੇ ਪੁੱਛਿਆ ਕਿਸ ਤਰ੍ਹਾਂ ਸਿੱਖ ਕਮਿਊਨਿਟੀ ਰਹਿ ਰਹੀ ਹੈ, ਕਿੰਨੀ ਕਮਿਊਨਿਟੀ ਹੈ ਇੱਥੇ। ਔਰ ਸਾਨੂੰ ਉਹਨਾਂ ਭਰੋਸਾ ਵੀ ਦਿੱਤਾ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਦੱਸੋ। ਤਾਂ ਅਸੀਂ ਆਪਣੀਆਂ ਕੁਝ ਵਿਚਾਰਾਂ ਦੱਸੀਆਂ ਔਰ ਬੜੇ ਖੁਸ਼ ਸੀ। ਅਸੀਂ ਚਾਹੁੰਦੇ ਹਾਂ ਅੱਗੇ ਤੋਂ ਵੀ ਆਉਂਦੇ ਜਾਂਦੇ ਰਹਿਣ। ਨਰਿੰਦਰ ਮੋਦੀ ਜੀ ਜਿੰਦਾਬਾਦ। ਮੈਂ ਤੁਹਾਨੂੰ ਕੀ ਦੱਸਾਂ ਜੀ, ਪਹਿਲੀ ਮੁਲਾਕਾਤ ਸੀ ਸਾਡੀ ਇੰਡੀਅਨ ਸਿੱਖ ਕਮਿਊਨਿਟੀ ਦੇ ਲੀਡਰ ਮਿਲੇ ਔਰ ਇੱਦਾਂ ਸਾਨੂੰ ਮਿਲ ਕੇ ਗਏ ਸਰ ਜਿੱਦਾਂ ਕਿ ਪਰਿਵਾਰਕ ਮੈਂਬਰ ਸੀ। ਜੋ ਲੋਕ ਕਹਿੰਦੇ ਆ ਉਹ ਬਿਲਕੁਲ ਗਲਤ ਹੈ। ਅਸੀਂ ਜੋ ਦੇਖਿਆ ਇੱਕ ਪਰਿਵਾਰ ਦੇ ਮੈਂਬਰਾਂ ਵਾਂਗੂ ਸਾਡੇ ਪਰਿਵਾਰ ਦੇ ਜੀਆਂ ਦਾ, ਇਟਲੀ ਦੀ ਸਿੱਖ ਕਮਿਊਨਿਟੀ ਬਾਰੇ ਇਕੱਲੇ ਇਕੱਲੇ ਉਹਨਾਂ ਨੇ ਪ੍ਰੋਵਿੰਚੇ ਬਾਰੇ ਪੁੱਛਿਆ ਕਿਸ ਤਰ੍ਹਾਂ ਸਿੱਖ ਕਮਿਊਨਿਟੀ ਰਹਿ ਰਹੀ ਹੈ, ਕਿੰਨੀ ਕਮਿਊਨਿਟੀ ਹੈ ਇੱਥੇ। ਔਰ ਸਾਨੂੰ ਉਹਨਾਂ ਭਰੋਸਾ ਵੀ ਦਿੱਤਾ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਦੱਸੋ। ਤਾਂ ਅਸੀਂ ਆਪਣੀਆਂ ਕੁਝ ਵਿਚਾਰਾਂ ਦੱਸੀਆਂ ਔਰ ਬੜੇ ਖੁਸ਼ ਸੀ। ਅਸੀਂ ਚਾਹੁੰਦੇ ਹਾਂ ਅੱਗੇ ਤੋਂ ਵੀ ਆਉਂਦੇ ਜਾਂਦੇ ਰਹਿਣ। ਨਰਿੰਦਰ ਮੋਦੀ ਜੀ ਜਿੰਦਾਬਾਦ। ਮੈਂ ਤੁਹਾਨੂੰ ਕੀ ਦੱਸਾਂ ਜੀ, ਪਹਿਲੀ ਮੁਲਾਕਾਤ ਸੀ ਸਾਡੀ ਇੰਡੀਅਨ ਸਿੱਖ ਕਮਿਊਨਿਟੀ ਦੇ ਲੀਡਰ ਮਿਲੇ ਔਰ ਇੱਦਾਂ ਸਾਨੂੰ ਮਿਲ ਕੇ ਗਏ ਸਰ ਜਿੱਦਾਂ ਕਿ ਪਰਿਵਾਰਕ ਮੈਂਬਰ ਸੀ। ਜੋ ਲੋਕ ਕਹਿੰਦੇ ਆ ਉਹ ਬਿਲਕੁਲ ਗਲਤ ਹੈ। ਅਸੀਂ ਜੋ ਦੇਖਿਆ ਇੱਕ ਪਰਿਵਾਰ ਦੇ ਮੈਂਬਰਾਂ ਵਾਂਗੂ ਸਾਡੇ ਪਰਿਵਾਰ ਦੇ ਜੀਆਂ ਦਾ, ਇਟਲੀ ਦੀ ਸਿੱਖ ਕਮਿਊਨਿਟੀ ਬਾਰੇ ਇਕੱਲੇ ਇਕੱਲੇ ਉਹਨਾਂ ਨੇ ਪ੍ਰੋਵਿੰਚੇ ਬਾਰੇ ਪੁੱਛਿਆ ਕਿਸ ਤਰ੍ਹਾਂ ਸਿੱਖ ਕਮਿਊਨਿਟੀ ਰਹਿ ਰਹੀ ਹੈ, ਕਿੰਨੀ ਕਮਿਊਨਿਟੀ ਹੈ ਇੱਥੇ। ਔਰ ਸਾਨੂੰ ਉਹਨਾਂ ਭਰੋਸਾ ਵੀ ਦਿੱਤਾ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਦੱਸੋ। ਤਾਂ ਅਸੀਂ ਆਪਣੀਆਂ ਕੁਝ ਵਿਚਾਰਾਂ ਦੱਸੀਆਂ ਔਰ ਬੜੇ ਖੁਸ਼ ਸੀ। ਅਸੀਂ ਚਾਹੁੰਦੇ ਹਾਂ ਅੱਗੇ ਤੋਂ ਵੀ ਆਉਂਦੇ ਜਾਂਦੇ ਰਹਿਣ। ਨਰਿੰਦਰ ਮੋਦੀ ਜੀ ਜਿੰਦਾਬਾਦ। ਮੈਂ ਤੁਹਾਨੂੰ ਕੀ ਦੱਸਾਂ ਜੀ, ਪਹਿਲੀ ਮੁਲਾਕਾਤ ਸੀ ਸਾਡੀ ਇੰਡੀਅਨ ਸਿੱਖ ਕਮਿਊਨਿਟੀ ਦੇ ਲੀਡਰ ਮਿਲੇ ਔਰ ਇੱਦਾਂ ਸਾਨੂੰ ਮਿਲ ਕੇ ਗਏ ਸਰ ਜਿੱਦਾਂ ਕਿ ਪਰਿਵਾਰਕ ਮੈਂਬਰ ਸੀ। ਜੋ ਲੋਕ ਕਹਿੰਦੇ ਆ ਉਹ ਬਿਲਕੁਲ ਗਲਤ ਹੈ। ਅਸੀਂ ਜੋ ਦੇਖਿਆ ਇੱਕ ਪਰਿਵਾਰ ਦੇ ਮੈਂਬਰਾਂ ਵਾਂਗੂ ਸਾਡੇ ਪਰਿਵਾਰ ਦੇ ਜੀਆਂ ਦਾ, ਇਟਲੀ ਦੀ ਸਿੱਖ ਕਮਿਊਨਿਟੀ ਬਾਰੇ ਇਕੱਲੇ ਇਕੱਲੇ ਉਹਨਾਂ ਨੇ ਪ੍ਰੋਵਿੰਚੇ ਬਾਰੇ ਪੁੱਛਿਆ ਕਿਸ ਤਰ੍ਹਾਂ ਸਿੱਖ ਕਮਿਊਨਿਟੀ ਰਹਿ ਰਹੀ ਹੈ, ਕਿੰਨੀ ਕਮਿਊਨਿਟੀ ਹੈ ਇੱਥੇ। ਔਰ ਸਾਨੂੰ ਉਹਨਾਂ ਭਰੋਸਾ ਵੀ ਦਿੱਤਾ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਦੱਸੋ। ਤਾਂ ਅਸੀਂ ਆਪਣੀਆਂ ਕੁਝ ਵਿਚਾਰਾਂ ਦੱਸੀਆਂ ਔਰ ਬੜੇ ਖੁਸ਼ ਸੀ। ਅਸੀਂ ਚਾਹੁੰਦੇ ਹਾਂ ਅੱਗੇ ਤੋਂ ਵੀ ਆਉਂਦੇ ਜਾਂਦੇ ਰਹਿਣ। ਨਰਿੰਦਰ ਮੋਦੀ ਜੀ ਜਿੰਦਾਬਾਦ।